ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਮੀਤ ਅਤੇ ਦੈਨਿਕ ਸਵੇਰਾ ਦੇਖ ਰਹੇ ਤਮਾਮ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਹਿਮਾਂਸ਼ੀ ਖੁਰਾਨਾ ਪੰਜਾਬੀ ਮਾਡਲ ਅਤੇ ਐਕਟਰਸ, ਜਿਸ ਦੇ ਗਾਣੇ ਲੋਕਾਂ ਨੂੰ ਦੇਖਣ ਦੇ ਵਿੱਚ ਕਾਫੀ ਪਸੰਦ ਆਉਂਦੇ ਨੇ, ਔਰ ਬਤੌਰ ਸਿੰਗਰ ਵੀ ਆ ਚੁੱਕੀ ਹੈ ਜੀ ਹਿਮਾਂਸ਼ੀ ਖੁਰਾਨਾ, ਅਤੇ ਇਸੇ ਦੇ ਨਾਲ ਨਾਲ ਕੰਟਰੋਵਰਸੀ ਦੇ ਵਿੱਚ ਵੀ ਰਹੀ ਹੈ ਹਿਮਾਂਸ਼ੀ ਖੁਰਾਨਾ। ਪਰ ਹੁਣ ਹਾਲ ਹੀ ਦੇ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਿਮਾਂਸ਼ੀ ਖੁਰਾਨਾ ਨੇ ਗੁੱਸਾ ਜ਼ਾਹਿਰ ਕੀਤਾ ਆਪਣੇ ਮੇਕਅਪ ਆਰਟਿਸਟ ਨੂੰ ਲੈ ਕੇ, ਜਿਸ ਦਾ ਨਾਮ ਹੈ ਰਾਜਨ ਪੱਸੀ। ਰਾਜਨ ਪੱਸੀ ਦੇ ਖਿਲਾਫ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਸਟੋਰੀ ਲਿਖੀ ਹੈ, ਜਿਸ ਦੇ ਵਿੱਚ ਦੱਸਿਆ ਕਿ ਉਹ ਬੰਦਾ ਬਹੁਤ ਗਲਤ ਹੈਗਾ, ਅਨਪ੍ਰੋਫੈਸ਼ਨਲ ਹੈ, ਔਰ ਨਾਲ ਦੇ ਨਾਲ ਹੀ ਲਿਖਿਆ ਹੈ ਕਿ ਉਹ ਰਿਊਮਰਸ ਵੀ ਬਹੁਤ ਜ਼ਿਆਦਾ ਫੈਲਾਉਂਦਾ, ਤਾਂ ਕਰਕੇ ਉਸਨੂੰ ਕੱਢ ਦਿੱਤਾ ਹੈਗਾ ਆਪਣੀ ਕੰਪਨੀ 'ਚੋਂ। ਜਾਂ ਕਹੀਏ ਕਿ ਮੇਕਅਪ ਆਰਟਿਸਟ ਜੋ ਕੰਮ ਕਰਦੇ ਸੀਗੇ ਰਾਜਨ ਪੱਸੀ ਹਿਮਾਂਸ਼ੀ ਦੇ ਨਾਲ, ਉਹ ਹੁਣ ਨਹੀਂ ਕਰ ਪਾਣਗੇ। ਸੋ ਦੇਖੋ ਕਿਹੜੀ ਪੋਸਟ ਅਪਲੋਡ ਕੀਤੀ ਸੀਗੀ ਹਿਮਾਂਸ਼ੀ ਖੁਰਾਨਾ ਨੇ। ਪੰਜਾਬੀ ਮਾਡਲ ਹਿਮਾਂਸ਼ੀ ਖੁਰਾਨਾ ਕਾਫੀ ਗੁੱਸੇ 'ਚ ਨਜ਼ਰ ਆਈ ਤੇ ਉਹਨਾਂ ਨੇ ਇੱਕ ਪੋਸਟਰ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਉਹਨਾਂ ਨੇ ਆਪਣੇ ਮੇਕਅਪ ਆਰਟਿਸਟ ਰਾਜਨ ਨੂੰ ਕੰਮ ਤੋਂ ਕੱਢ ਦਿੱਤਾ ਤੇ ਰਾਜਨ ਨੂੰ ਕੱਢਣ ਦਾ ਕਾਰਨ ਹਿਮਾਂਸ਼ੀ ਨੇ ਉਹਦਾ ਅਨਪ੍ਰੋਫੈਸ਼ਨਲ ਹੋਣਾ ਦੱਸਿਆ। ਹਿਮਾਂਸ਼ੀ ਦਾ ਕਹਿਣਾ ਕਿ ਉਹਨਾਂ ਦਾ ਮੇਕਅਪ ਆਰਟਿਸਟ ਬਹੁਤ ਸਾਰੀਆਂ ਅਫਵਾਹਾਂ ਫੈਲਾਉਂਦਾ ਸੀ। ਫਿਲਹਾਲ ਹਿਮਾਂਸ਼ੀ ਖੁਰਾਨਾ ਦੇ ਮੁਤਾਬਿਕ ਰਾਜਨ ਪੱਸੀ ਜੋ ਸੀਗੇ ਉਹ ਕਾਫੀ ਜ਼ਿਆਦਾ ਅਨਪ੍ਰੋਫੈਸ਼ਨਲ ਸੀਗੇ ਅਤੇ ਅਫਵਾਹਾਂ ਫੈਲਾਉਂਦੇ ਸੀਗੇ, ਤਾਂ ਕਰਕੇ ਹੁਣ ਵੱਖ ਕਰ ਦਿੱਤਾ ਗਿਆ। ਤੁਹਾਨੂੰ ਕੀ ਲੱਗਦਾ ਕਿ ਇਹ ਸਟੈਪ ਸਹੀ ਹੈ, ਅਤੇ ਹਿਮਾਂਸ਼ੀ ਨੂੰ ਦੇਖ ਕੇ ਹੋਰ ਕਿਹੜੀਆਂ ਪੰਜਾਬੀ ਮਾਡਲ ਅਤੇ ਐਕਟ੍ਰੈਸਿਸ ਨੇ ਜਿਨ੍ਹਾਂ ਦੇ ਨਾਲ ਅਜਿਹਾ ਹੁੰਦਾ ਕਿ ਉਹ ਵੀ ਹਿਮਾਂਸ਼ੀ ਦੇ ਵਾਂਗ ਉਸ ਬੰਦੇ ਨੂੰ ਦੂਰ ਕਰਨਗੀਆਂ ਜਾਂ ਨਹੀਂ, ਇਹ ਤਾਂ ਵਕਤ ਆਉਂਦੇ ਖੁਦ ਹੀ ਪਤਾ ਚੱਲੇਗਾ।